ਗੁਰੂ ਖਾਲਸਾ ਸਾਹਿਬ ਸਿੰਘ ਜੀਓ, ਗਾਜਵਾ ਜੀ ਦੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਕਵੀ ਦਰਬਾਰ ਇੰਟਰਨੈਸ਼ਨਲ ਸਹਿ ਸਭਾ USA ਵੱਲੋਂ ਗੁਰਦੁਆਰਾ ਸਾਹਿਬ ਹੈਲਸ ਬਰਾਂਚੇ ਵਿਖੇ ਸਰਦਾਰ ਪਰਮਜੀਤ ਸਿੰਘ ਦਾਖਾ ਅਤੇ ਸਰਦਾਰ ਕੁਲਦੀਪ ਸਿੰਘ ਢੀਂਡਸਾ ਜੀ ਸਭਾ ਦੇ ਮੁਖੀਆਂ ਦੇ ਉਦਮ ਸਦਕਾ ਕਰਵਾਇਆ ਜਾ ਰਿਹਾ ਹੈ। ਸਰਦਾਰ ਦਾਖਾ ਜੀ ਵੱਲੋਂ 2005 ਈਸਵੀ ਤੋਂ ਲਗਾਤਾਰ ਕਵੀ ਦਰਬਾਰ ਕਰਵਾ ਕੇ ਗੁਰੂ ਕਲਗੀਧਰ ਵੱਲੋਂ ਪੈਦਾ ਕੀਤੀ ਗਈ ਕਵੀ ਪਰੰਪਰਾ ਨੂੰ ਅਮਰੀਕਾ ਵਿਖੇ ਵੀ ਜਾਰੀ ਰੱਖ ਕੇ ਕਵੀਆਂ ਦਾ ਸਨਮਾਨ ਕਰਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਗੁਰੂ ਮਹਾਰਾਜ ਦੀ ਰਹਿਮਤ ਹੈ ਇਹਨਾਂ ਦੇ ਉੱਪਰ, ਆਪ ਜੀ ਨੇ ਜੋ ਇਹਨਾਂ ਦੇ ਕੋਲੋਂ ਹੁਣੇ ਹੀ ਸੁਣਿਆ ਹੈ। ਕਵੀਆਂ ਬਾਰੇ ਮੈਂ 2 ਮਿੰਟ ਬੋਲ ਕੇ ਆਪ ਜੀ ਤੋਂ ਫਿਲਮਾਂ ਦਾ ਚਾਚਕ ਹੋਵਾਂਗਾ। ਵੱਖ ਵੱਖ ਵਿਸ਼ਿਆਂ 'ਤੇ ਛੰਦਾਬੰਦੀ ਵਿੱਚ ਕਵਿਤਾ ਲਿਖਣ ਅਤੇ ਸਭਾ ਵਿੱਚ ਗਾ ਕੇ ਬੋਲਣ ਵਾਲੇ ਨੂੰ ਕਵੀ ਕਿਹਾ ਜਾਂਦਾ ਹੈ। ਕਵੀ ਧਾਰਮਿਕ, ਸੂਫੀ ਅਤੇ ਰਾਜਨੀਤਿਕ ਵੀ ਹੁੰਦੇ ਹਨ। ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਜੀ ਵੀ ਉੱਚ ਕੋਟੀ ਦੇ ਵਿਦਵਾਨ ਰੱਬੀ ਕਵੀ ਸਨ। ਉਹ ਖੁਦ ਆਪ ਲਿਖਦੇ ਹਨ ਕਿ ਨਾਨਕ ਸ਼ਾਇਰ ਇਹ ਕਹਿਤ ਹੈ ਸੱਚੇ ਪਰਵਤਗਾਰਾ। 52 ਕਵੀਆਂ ਵਿੱਚੋਂ ਭਾਈ ਨੰਦ ਲਾਲ ਗੋਆ, ਸੂਫੀਆਂ ਦੇ ਵਿੱਚੋਂ ਬਾਬਾ ਬੁੱਲੇ ਸ਼ਾਹ, ਲਖਾਰੀਆਂ ਚੋਂ ਕਾਲੀਦਾਸ, ਵਾਰੇ ਸ਼ਾਹ ਅਤੇ ਕਵੀ ਸੰਤੋਖ ਸਿੰਘ ਆਦਿਕ ਵਿਦਵਾਨ ਕਵੀ ਹੋਏ ਹਨ। ਭਾਈ ਕਾਨ ਸਿੰਘ ਨਾਭਾ ਅਨੁਸਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ 52 ਕਵੀ ਜੋ ਕਲਗੀਧਰ ਦੀ ਆਗਿਆ ਅਨੁਸਾਰ ਅਨੇਕਾਂ ਮਤਾਂ ਦੀਆਂ ਪੁਸਤਕਾਂ ਦਾ ਪੰਜਾਬੀ ਅਤੇ ਹਿੰਦੀ ਦੇ ਵਿੱਚ ਉਲੱਥਾ ਕਰਿਆ ਕਰਦੇ ਸਨ। ਇਹਨਾਂ ਵਿਦਵਾਨ ਕਵੀਆਂ ਨੇ ਇੱਕ ਅਦਭੁਤ ਗ੍ਰੰਥ ਰਚਿਆ ਲਿਖਿਆ ਜਿਸਦਾ ਨਾਮ ਗੁਰੂ ਸਾਹਿਬ ਨੇ ਵਿਦਿਆ ਸਾਗਰ ਰੱਖਿਆ, ਜੋ ਰੁੱਤੀ ਦੀਵਾਨਾਂ ਦੀ ਮਹਾਨ ਘਾਲਣਾ ਅਨੰਦਪੁਰ ਸਾਹਿਬ ਦੇ ਯੁੱਧ ਦੇ ਵਿੱਚ ਵੈਰੀਆਂ ਦੇ ਹੱਥੋਂ ਭਸਮ ਹੋ ਗਈ। ਇਸ ਬਾਰੇ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਉੱਤੇ 52 ਕਵੀ ਗੁਰਪਾਸ ਸਭ ਹੀ ਬਾਣੀ ਕਰੇ ਪ੍ਰਕਾਸ਼, ਸਤਿਗੁਰ ਸਭ ਇਕੱਤਰ ਕਰਵਾਵੇਂ, ਪਤਰੇ ਦੀਰਘ ਪਰ ਲਿਖਵਾਵੇਂ, ਨਾਮ ਗ੍ਰੰਥ ਕੋ ਵਿਦਿਆ ਸਾਗਰ, ਰਾਖਣ ਕੀਨੋ ਸ਼੍ਰੀ ਗੁਰੂ ਨਾਗਰ। ਇਹ ਜਦ ਗ੍ਰੰਥ ਤਿਆਰ ਹੋ ਗਿਆ ਉਦੋਂ ਐਸਾ ਵਕਤ ਆਇਆ ਕਿ ਜ਼ਾਲਮਾਂ ਨੇ ਦਿੱਲੀ ਦੀ ਜ਼ਾਲਮ ਸਰਕਾਰ ਨੇ ਪਹਾੜੀ ਰਾਜਿਆਂ ਦੇ ਨਾਲ ਮਿਲ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਉਸ ਵੇਲੇ ਦਾ ਹਾਲ ਲਿਖਿਆ ਹੈ, ਮਤਿਓ ਜੰਗ ਗੁਰ ਸੰਗ ਵੱਡ ਰਹੋ ਗ੍ਰੰਥ ਜੋ ਬੀਚ, ਨਿਸੇ ਅਨੰਦਪੁਰਾ ਤੇ ਲੁੱਟਿਓ ਕੁਨ ਮਿਲ ਨੀਚ। ਉਹਨਾਂ ਨੀਚ ਲੋਕਾਂ ਨੇ ਅਨੰਦਪੁਰ ਸਾਹਿਬ ਦੇ ਵਿੱਚ ਜੋ 17 ਜੰਗਾਂ ਹੋਈਆਂ ਉਹਨਾਂ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਬਹੁਤ ਨਮੋਸ਼ੀ ਹੋਈ, ਕਿਉਂਕਿ ਮੁੱਠੀ ਭਰ ਸਿੰਘਾਂ ਨੇ ਗੁਰੂ ਮਹਾਰਾਜ ਦੀ ਅਗਵਾਈ ਦੇ ਵਿੱਚ ਮੁਗਲਿਆ ਹਕੂਮਤ ਦੇ ਨਾਲ ਟਾਕਰਾ ਕੀਤਾ। ਇੱਕ ਮਿੰਟ ਹੋਰ ਲੈ ਕੇ ਆਪ ਜੀ ਸਮਾਪਤੀ ਕਰਾਂਗਾ। ਜਿਵੇਂ ਅਨੰਦਪੁਰ ਸਾਹਿਬ ਦੇ ਵੇਲੇ ਦੁਸ਼ਮਣਾਂ ਨੇ ਅਨੰਦਪੁਰ ਨਗਰੀ ਨੂੰ 4 ਫੇਰਿਓਂ ਘੇਰ ਕੇ ਰਸਤਾ ਬਸਤਾ ਬੰਦ ਕਰਕੇ ਫੌਜੀ ਹਮਲਾ ਕੀਤਾ ਸੀ, ਜਿਸ ਵਿੱਚ ਕਿਰਤਗਨ ਪਹਾੜੀ ਰਾਜੇ ਵੀ ਸ਼ਾਮਲ ਸਨ। ਭਾਵੇਂ ਛੋਟੀਆਂ ਮੋਟੀਆਂ 17 ਜੰਗਾਂ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਮੁੱਠੀ ਭਰ ਸਿੰਘਾਂ ਨੇ ਦੁਸ਼ਮਣਾਂ ਦੇ ਡਾਢੇ ਦੰਦ ਖੱਟੇ ਕੀਤੇ, ਸਿੰਘ ਵੀ ਸ਼ਹੀਦ ਹੋਏ, ਗੁਰੂ ਦਾ ਖਜ਼ਾਨਾ ਵੀ ਸਰਸਾ ਦੀ ਭੇਟ ਚੜ੍ਹ ਗਿਆ। ਉੱਥੇ ਸਿੱਖ ਸਾਹਿਤ, ਸਿੱਖ ਲਿਟਰੇਚਰ, ਸਿੱਖ ਗ੍ਰੰਥ ਵੀ ਜਿਹੜੇ ਹਨ ਉਹ ਸਰਸਾ ਦੇ ਵਿੱਚ ਰੁੜ ਗਏ ਅਤੇ ਜੋ ਕੁਝ ਬਚੇ ਦੁਸ਼ਮਣਾਂ ਦੇ ਹੱਥ ਵਿੱਚ ਆ ਗਏ।
ਤਾਂ ਦੁਸ਼ਮਣਾਂ ਨੇ ਉਹਨਾਂ ਨੂੰ ਮਲਿਆ ਮੇਟ ਕਰ ਦਿੱਤਾ, ਸਾੜ ਦਿੱਤਾ। ਇਸੇ ਤਰ੍ਹਾਂ ਸਾਧ ਸੰਗੀਓ, ਜੂਨ 84 ਦੇ ਵਿੱਚ ਜੋ ਦਿੱਲੀ ਦੀ ਹਕੂਮਤ ਹੈ, ਦਿੱਲੀ ਦੀ ਜ਼ਾਲਮ ਸਰਕਾਰ ਸੀ, ਉਸ ਨੇ ਸਿੱਖਾਂ ਦੇ ਪੰਜਾਬੀਆਂ ਦੇ ਦਿਲ ਕੇਂਦਰ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਕਰਕੇ, ਜਿੱਥੇ ਆਪਣੇ ਸੈਂਕੜੇ ਨੌਜਵਾਨ ਅਨਿਆਈ ਮੌਤ ਮਰਵਾਏ, ਉੱਥੇ ਜਿਹੜਾ ਹੈ ਇੱਥੇ ਵੀ ਦਰਬਾਰ ਸਾਹਿਬ ਦੇ ਵਿੱਚ ਵੀ ਸਿੰਘਾਂ ਦੇ ਨਾਲ ਲੜਦੇ ਸਿੰਘ ਸ਼ਹੀਦ ਹੁੰਦੇ ਤਾਂ ਗੱਲ ਹੋਰ ਸੀ। ਜੋ ਦੁਨੀਆਂ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜੋ ਸਾਰਿਆਂ ਨੂੰ ਇਹ ਉਪਦੇਸ਼ ਦਿੰਦਾ ਹੈ, ਖੱਤਰੀ ਬ੍ਰਾਹਮਣ ਛੂਤ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਉਸ ਗੁਰੂ ਗ੍ਰੰਥ ਸਾਹਿਬ ਦੀਆਂ ਅਣਗਿਣਤ ਬੀੜਾਂ, ਫੁਟਕੇ, ਪੋਥੀਆਂ ਤੇ ਹੋਰ ਬਹੁਤ ਸਾਰਾ ਸਿੱਖ ਲਿਟਰੇਚਰ ਜਿਹੜਾ ਹੈ ਉਹ ਦਰਬਾਰ ਸਾਹਿਬ ਦੇ ਵਿੱਚ ਦਿੱਲੀ ਦੀ ਜ਼ਾਲਮ ਸਰਕਾਰ ਦੇ ਦਰਿੰਦੇ ਫੌਜੀਆਂ ਨੇ ਸਾੜ ਦਿੱਤਾ। ਸੋ ਉੱਥੇ ਨਿਹੱਥੀਆਂ ਸੰਗਤਾਂ, ਬੱਚੇ, ਬੁੱਢੇ ਤੇ ਜੋ ਆਮ ਸੰਗਤਾਂ ਆਈਆਂ ਹੋਈਆਂ ਸਨ, ਉਹਨਾਂ ਨੂੰ ਵੀ ਜਿਹੜਾ ਹੈ ਤੋਪਾਂ ਦੇ ਗੋਲਿਆਂ ਦੇ ਨਾਲ ਉਡਾਇਆ ਗਿਆ। ਇਹ ਜੋ ਘੱਲੂਘਾਰਾ ਹੈ, ਇਹ ਸਿੱਖ ਕੌਮ ਨੂੰ ਕਦੇ ਵੀ ਭੁੱਲਣਾ ਨਹੀਂ ਹੈ। ਜੋ ਘੱਲੂਘਾਰੇ ਪਹਿਲਾਂ ਵੀ ਹੋਏ ਹਨ, ਪਰ ਇਹ ਤਾਂ ਸਾਡੇ ਆਪਣੇ ਸਰਕਾਰ ਨੇ ਕੀਤਾ ਹੈ। ਅਸੀਂ ਉਸ ਦੇਸ਼ ਦੇ ਨਾਗਰਿਕ ਸੀ, ਨਾਗਰਿਕਾਂ ਦੇ ਉੱਪਰ ਹੀ ਐਸਾ ਹਮਲਾ ਕਰਨਾ ਜਿਹੜਾ ਹੈ ਸਭ ਤੋਂ ਵੱਡੀ ਜਾਲਮੀਅਤਾ ਹੈ। ਇਸ ਕਰਕੇ ਜਿੰਨਾ ਚਿਰ ਦੁਨੀਆਂ ਦੇ ਵਿੱਚ ਸਿੱਖ ਕੌਮ ਰਹੇਗੀ, ਉਹ ਇਸ ਦੀ ਯਾਦ ਬਣਾਉਂਦੀ ਰਹੇਗੀ। ਇਹੋ ਜਿਹੇ ਜੋ ਘੱਲੂਘਾਰੇ ਹਨ, ਭਾਵੇਂ ਸੈਂਕੜੇ ਹੀ ਸਿੱਖ ਘੱਲੂਘਾਰਿਆਂ ਦੇ ਵਿੱਚ ਸ਼ਹੀਦ ਹੋਏ, ਪਰ ਇਹੀ ਗਾਉਂਦੇ ਰਹੇ ਚੋ ਖੋਟ ਗੁਆਏ। ਜਿਹੜਾ ਖਾਲਸਾ ਹੈ ਉਹਦੇ ਵਿੱਚੋਂ ਖੋਟ ਹੀ ਗਿਆ ਹੈ, ਅਸਲੀ ਖਾਲਸਾ ਤਾਂ ਬਚ ਗਿਆ ਹੈ। ਇਸੇ ਤੇ ਕਵੀ ਨੇ ਲਿਖਿਆ ਹੈ, ਜਾਂ ਦੁਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਮੀਆਂ ਨਾਲ ਖੋਪਰ ਲੈਂਦੇ ਜਾਂ, ਤਸਵੀਰ ਬਦਲਦੀ ਕੌਮਾਂ ਦੀ। ਇਸਦੇ ਨਾਲ ਹੀ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਅਕਾਲ ਪੁਰਖ ਦਾ, ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਰੱਬ ਵਰਗੀਆਂ ਪਿਆਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਇਹ ਕਹਿਣਾ ਨਹੀਂ ਰਹਿ ਸਕਦਾ ਕਿ ਜੋ ਪਰਮਜੀਤ ਸਿੰਘ ਦਾਖਾ ਜੀ ਹਨ, ਇਹਨਾਂ ਦੇ ਵਿੱਚ ਸਿੱਖੀ ਦੇ ਜਜ਼ਬਾਤ ਕੁੱਟ ਕੁੱਟ ਕੇ ਭਰੇ ਹੋਏ ਹਨ। ਇਹਨਾਂ ਨੇ ਨਾਲ ਹੀ ਇੰਟਰਨੈਸ਼ਨਲ ਸਹਿਤ ਸਭਾ ਬਣਾ ਕੇ ਸਰਦਾਰ ਕੁਲਦੀਪ ਸਿੰਘ ਢੀਂਡਸਾ ਨੂੰ ਪ੍ਰਧਾਨ ਖਾ ਕੇ, ਜੋ 2005 ਤੋਂ ਕਵੀ ਦਰਬਾਰਾਂ ਦੀਆਂ ਰੌਣਕਾਂ ਗੁਰਦੁਆਰਿਆਂ ਦੇ ਵਿੱਚ ਵਧਾਈਆਂ ਹਨ। ਮੈਂ ਅਰਦਾਸ ਕਰਦਾ ਹਾਂ, ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਹੀ ਵਧੀਆ ਰਹਿਣ ਤੇ ਆਪ ਸਾਰੀਆਂ ਸੰਗਤਾਂ ਇਹਨਾਂ ਨੂੰ ਸਹਿਯੋਗ ਦਿਓ, ਕਿਉਂਕਿ ਗੁਰੂ ਸਾਹਿਬ ਵੱਲੋਂ ਇਹ ਪਰੰਪਰਾ ਸਾਬਿਤ ਹੀ ਹੈ, ਕਵੀ ਦਰਬਾਰਾਂ ਦੀ, ਢਾਡੀ ਦਰਬਾਰਾਂ ਦੀ, ਕਥੀ ਕਥਾ ਦਰਬਾਰਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।